ਇਹ ਮਾਰਕੀਟ ਵਿੱਚ ਤੁਹਾਡੇ ਨਾਂ ਦੀ ਕਾਪੀ ਵੀ ਚੜ ਰਹੀ ਹੈ? ਕਾਪੀ ਤਕਰੀਬਨ ਹਰ ਦੁਕਾਨਦਾਰ ਦੇ ਕੋਲ ਹੀ, ਸਿਰਫ ਚੰਦ ਇੱਕ ਦੁਕਾਨਦਾਰ ਨੇ ਜਿਹੜੇ ਨਾ ਹਫ਼ਤਾ ਬਾਅਦ ਵਿੱਚ ਹੋ ਗਏ। ਅੱਛਾ ਜੀ। ਤੇ ਬਾਹਰ ਕਈ ਇਲਾਕੇ ਐਸੇ ਨੇ ਜਿੱਥੇ ਨਾਂ ਤੇ ਸਾਡਾ ਚੱਲਦਾ ਪਰ ਚੀਜ਼ ਸਾਡੀ ਨਹੀਂ ਉਹਨਾਂ ਕੋਲ ਹੁੰਦੀ। ਹਾਂਜੀ। ਉਹ ਬੰਦੇ ਯੂਜ਼ ਕਰਦੇ ਨੇ, ਫਿਰ ਉਹਨਾਂ ਪਤਾ ਲੱਗਦਾ ਯਾਰ ਅਸਲ ਨਕਲ ਕਿਹੜਾ ਗਾ। ਤੁਹਾਡਾ ਕਿਹੜਾ ਮਟੀਰੀਅਲ ਹੈ ਜੀ? ਇਹ ਸਮੇਂ ਦਾ 1045 ਹੁੰਦਾ, ਹਾਈ ਕਾਰਬਨ ਮਟੀਰੀਅਲ ਹੁੰਦਾ। 1045 ਇਹ 1045 ਹੈ। 1045 ਇਹ 10 ਕਾਲਰ ਬਣਦੀ ਹੈ, ਕਾਲਰ ਤੋਂ ਬਾਅਦ ਉਹਦੀ ਜਿਹੜੀ ਰਫ ਸ਼ੇਪ ਹੁੰਦੀ ਹੈ, ਫਿਰ ਫਾਈਨਲ ਸ਼ੇਪ ਹੁੰਦੀ ਹੈ, ਫਿਰ ਅੱਗੇ ਟ੍ਰੀਮਿੰਗ ਹੁੰਦੀ ਹੈ, ਫਿਰ ਉਸ ਤੋਂ ਬਾਅਦ ਦੁਬਾਰਾ ਉਹ ਜਿਹੜੀ ਸ਼ਾਈਨਿੰਗ ਹੋ ਕੇ ਕਢਾਈ ਹੋ ਕੇ ਫਿਰ ਸਟੂਡੀਓ ਦੀ ਟ੍ਰੀਮਿੰਗ ਹੁੰਦੀ ਹੈ। ਮਤਲਬ ਇੱਕ ਕਿੱਲੀ ਬਣਨ 'ਚ ਕਿੰਨਾ ਪ੍ਰੋਸੀਜਰ ਹੈ, ਟਾਈਮ ਕਿੰਨਾ ਲੱਗਦਾ? ਟਾਈਮ ਸਮੇਂ ਨਾਲ ਦਿਹਾੜੀ ਦੀ ਤਕਰੀਬਨ 1000 ਤੋਂ ਬਾਅਦ ਸ਼ੂਟਿੰਗ ਕਰਾਂਗੇ। 1000 ਕਿੱਲੀ ਦਿਹਾੜੀ 'ਚ ਬਣਾਉਂਦੇ 8 ਘੰਟੇ 'ਚ? 1 ਮਿੰਟ 'ਚ ਇੱਕ ਕਿੱਲੀ? ਹਾਂ, 1 ਮਿੰਟ 'ਚ ਇੱਕ ਕਿੱਲੀ। ਹਾਂਜੀ। ਬੰਦ ਕਰ ਦਿਓ ਰੁਕ ਕੇ। ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਤੁਹਾਡਾ ਭਰਾ ਇਜਾਜ਼ ਤਾਰੜ, ਤੁਸੀਂ ਵੇਖ ਰਹੇ ਤਾਰੜ ਐਗਰੀ ਚੈਨਲ ਅਤੇ ਇਜਾਜ਼ ਤਾਰੜ ਐਗਰੋ ਪੇਜ। ਅੱਜ ਅਸੀਂ ਮੌਜੂਦ ਹਾਂ ਅਲੀਪੁਰ ਚੱਠੇ ਦੇ, ਇੱਥੇ ਆਏ ਹਾਂ ਭਾਈ ਇਰਫਾਨ ਕੋਲ, ਚਾਚੇ ਮੁਹੰਮਦ ਹੈਨ ਦੇ ਬੇਟੇ ਜਨਾਬੇ ਵਾਲੀ, ਅਤੇ ਇਹਨਾਂ ਨਾਲ ਗੱਲਬਾਤ ਕਰਨੇ ਹਾਂ ਇਹ ਕਿਹੜੀ ਕਿਹੜੀ ਹਾਰਵੈਸਟਰ ਦੀ ਪ੍ਰੋਡਕਸ਼ਨ ਬਣਾ ਰਹੇ ਨੇ, ਚੰਗੀ ਬਣਾ ਰਹੇ ਨੇ, ਮਾੜੀ ਬਣਾ ਰਹੇ ਨੇ, ਕੀ ਸੂਰਤ ਹਾਲ ਹੈ, ਕਿੱਥੋਂ ਇਹਨਾਂ ਦਾ ਮਾਲ ਮਿਲਦਾ, ਕਿੱਥੋਂ ਨਹੀਂ ਮਿਲਦਾ, ਕੀ ਮਾਰਕੀਟ ਦਾ ਇਸ ਟਾਈਮ ਤਰੀਕਾਕਾਰ ਚੱਲ ਰਿਹਾ। ਅਸੀਂ ਫਿਲਹਾਲ ਜਨਾਬੇ ਵਾਲੀ ਸਾਡੀ ਮਸ਼ੀਨ 'ਚ ਇਸ ਟਾਈਮ ਵੀ ਜਿਹੜੇ ਗਾਰਡ ਪਾਏ ਨੇ ਉਹ ਵੀ ਚਾਚੇ ਮੁਹੰਮਦ ਹੈਨ ਦੇ ਨੇ, ਮੁਲਾਕਾਤ ਸਾਡੀ ਅੱਜ ਇਹਨਾਂ ਨਾਲ ਹੋਈ ਹੈ, ਇਹਨਾਂ ਦੇ ਬਜ਼ੁਰਗਾਂ ਨਾਲ ਸਾਡੀ ਮੁਲਾਕਾਤ ਨਹੀਂ ਹੋ ਸਕੀ। ਗਾਰਡ ਸਾਡਾ 100-100, 200-200 ਇਹਨਾਂ ਕੋਲ ਹੀ ਜਾਂਦਾ ਰਿਹਾ, ਅਤੇ ਅਲਹਮਦੁਲਿਲਾ ਮਾਸ਼ਾਅੱਲਾ ਚੰਗਾ ਗਾਰਡ ਚੱਲ ਰਿਹਾ। ਹੁਣ ਉਹਨਾਂ ਨੂੰ ਰਾਬਤਾ ਹੋਇਆ, ਇਹਨਾਂ ਜਨਾਬ ਬੁਲਾਇਆ, ਅਗਲੇ ਦਿਨ ਨਾਲ ਕਿੱਲੀ ਨਾਲ ਜਨਾਬੇ ਵਾਲੀ ਹਾਰਵੈਸਟਰ ਵਾਸਤੇ ਘੱਲੀ ਹੈ, ਕਿੱਲੀਆਂ ਵੀ ਕਾਫੀ ਭਰਾਵਾਂ ਨੂੰ ਇੱਥੋਂ ਲੈ ਗਏ ਤੁਹਾਡੇ ਕੋਲ ਸਾਡੇ ਆਖਣ ਨਾਲ, ਉਹਦਾ ਰਿਜ਼ਲਟ ਅੱਗੇ ਵੀ ਲੋਕਾਂ ਨੂੰ ਪਤਾ, ਬਾਕੀ ਮਜ਼ੀਦ ਸੀਜ਼ਨ ਤੋਂ ਬਾਅਦ ਅਸੀਂ ਉਹ ਵੀ ਰਿਪੋਰਟ ਦਿਆਂਗੇ ਕਿ ਇਸ ਕਿੱਲੀ ਦੀ ਕੀ ਕਾਰਗਰਦਗੀ ਹੈ ਕੀ ਨਹੀਂ, ਅਤੇ ਬਾਕੀ ਭਾਈ ਨਾਲ ਗੱਲ ਕਰਾਉਂਦੇ ਹਾਂ ਕਿਹੜੀ ਕਿਹੜੀ ਚੀਜ਼ ਇਸਤੇਮਾਲ ਕਰ ਰਹੇ ਨੇ, ਕਿਹੜੀ ਕਿਹੜੀ ਚੀਜ਼ ਨਹੀਂ ਇਸਤੇਮਾਲ ਕਰ ਰਹੇ, ਮੁਕੰਮਲ ਰਿਪੋਰਟ ਦੇ। ਅਸਲਾਮ ਵਾਲੇਕਮ ਜੀ। ਵਾਹਿਗੁਰੂ। ਕੀ ਹਾਲ ਭਾਈ ਇਰਫਾਨ ਜੀ? ਅਲਹਮਦੁਲਿਲਾ। ਇਹ ਮਾਸ਼ਾਅੱਲਾ ਤੁਹਾਡੇ ਵਾਲਾ ਸਾਹਿਬ ਕਿੰਨੀ ਦੇਰ ਹੋ ਗਏ ਕੰਮ ਕਰਦੇ ਆ ਜੀ? ਇਹ ਜੀ ਪਾਕਿਸਤਾਨ ਨੇ ਸਭ ਤੋਂ ਪਹਿਲਾਂ ਸਪੇਅਰ ਪਾਰਟ ਇਹਨਾਂ ਨੇ ਸ਼ੁਰੂ ਕੀਤਾ 1984। 1984 ਵਿੱਚ ਤੁਸੀਂ ਹਾਰਵੈਸਟਰ ਦੇ ਕੀ ਸਭ ਤੋਂ ਪਹਿਲੇ ਕੀ ਗਾਰਡ ਬਣਾਉਣਾ ਸ਼ੁਰੂ ਕੀਤਾ? ਪਹਿਲੇ ਬਬਲ ਬਕਸ ਇਹਦਾ ਬਲੇਡ ਰੀਲ ਟੈਨ। ਅੱਛਾ ਜੀ। ਉਸ ਤੋਂ ਬਾਅਦ ਸ਼ਾਫਟਾਂ ਦਾ ਤਕਰੀਬਨ ਸਾਰਾ ਕੰਮ ਉਸ ਲਈ ਪਾਕਿਸਤਾਨ ਹੀ ਨੇ, ਕਿ ਪਤਾ ਕੋਈ ਨਹੀਂ ਸੀ ਕਿਸੇ ਨੂੰ। ਜਦੋਂ ਤੁਹਾਡੇ ਵਾਲਾ ਸਾਹਿਬ ਨੇ ਕੰਮ ਸ਼ੁਰੂ ਕੀਤਾ ਹੋਣਾ ਉਦੋਂ ਤਾਂ ਸਮਝ ਲਓ ਮਸ਼ੀਨਰੀ ਤਾਂ ਨਹੀਂ ਹੋਣੀ। ਨਹੀਂ, ਉਦੋਂ ਤਾਂ ਸਾਦਾ ਕੰਮ ਸੀ, ਠੱਪ ਠੁੱਪ ਨਾਲ। ਹਾਂਜੀ, ਬਿਲਕੁਲ ਇਸ ਤਰ੍ਹਾਂ। ਤੇ ਹੁਣ ਜਦੀਦ ਮਸ਼ੀਨਰੀ ਆ ਰਹੀ ਹੈ ਅਲਹਮਦੁਲਿਲਾ, ਹੁਣ ਮੁਕੰਮਲ ਹੈ, ਇੰਪੋਰਟੈਂਟ ਮਸ਼ੀਨਰੀ ਲਗਾਈ ਹੈ ਕਿ ਪਾਰਟ ਦੀ ਕੁਆਲਿਟੀ ਨੂੰ ਬਿਹਤਰ ਕਰਨ ਵਾਸਤੇ, ਯਾਨੀ ਕਿ ਇਸ ਤਰ੍ਹਾਂ ਦੀ ਕੁਆਲਿਟੀ ਹੋ ਗਈ ਕਿ ਜਿਵੇਂ ਐਕਸਪੋਰਟ ਕੁਆਲਿਟੀ ਕੋਈ ਬੰਦਾ ਰਿਜੈਕਟ ਨਹੀਂ ਕਰੇਗਾ, ਬੇਸ਼ੱਕ ਇਹ ਗੈਰ ਮੁਲਕ ਵਿੱਚ ਵੀ ਜਾਏ। ਇਸ ਟਾਈਮ ਤੁਹਾਡਾ ਗਾਰਡ ਜਿਹੜਾ ਇਸ ਟਾਈਮ ਤੁਸੀਂ ਕਿੰਨੀਆਂ ਕੁਆਲਿਟੀਆਂ ਦਾ ਬਣਾ ਰਹੇ ਜੀ? ਕੁਆਲਿਟੀਆਂ ਇਹਦੇ ਵਿੱਚ 2-3 ਭਾਈ ਚੈੱਕ ਕਰਾਉਣ, ਕੁਆਲਿਟੀ ਲੈ ਜਾਓ ਤੁਸੀਂ। ਅੱਛਾ, 2-3 ਕੁਆਲਿਟੀਆਂ ਨੇ ਇਹਦੇ ਵਿੱਚ, ਜਿਵੇਂ ਕਿ ਸਾਡੇ ਜੋ ਮੁਲਕ ਦੇ ਹਾਲਾਤ ਨੇ, ਹਰ ਬੰਦਾ ਜ਼ਿਆਦਾ ਪੈਸੇ ਖਰਚ ਨਹੀਂ ਕਰ ਸਕਦਾ, ਉਹਦੇ ਮੁਤਾਬਕ ਹਾਂ ਥੋੜ੍ਹੇ ਰੇਟ ਵਿੱਚ ਅੱਛੀ ਚੀਜ਼ ਵੀ ਬਣਾਈ ਹੈ। ਅੱਛਾ ਜੀ। ਅਤੇ ਇੱਕ ਬਣਾਈ ਐਕਸਪੋਰਟ ਕੁਆਲਿਟੀ, ਯਾਨੀ ਕਿ ਜਿਹੜੀ ਬਾਹਰ ਦੇ ਮੁਤਾਬਕ ਉਹਨਾਂ ਦੇ, ਕਿ ਜਿਵੇਂ ਇੰਡੀਆ ਦਾ ਗਾਰਡ ਉਹ 1000 ਰੁਪਏ ਦਾ ਸੀ, ਉਹਦੇ ਨਾਲ 200 ਸਸਤਾ ਹੈ, ਪਰ ਚੱਲੇਗਾ ਉਹਦੇ ਨਾਲ ਅੱਛਾ। ਚੱਲੇਗਾ ਅੱਛਾ ਜੀ, ਚੱਲੇਗਾ ਅੱਛਾ। ਮਤਲਬ ਜਿਹੜੀ ਸ਼ਾਇਦ ਤੁਸੀਂ ਬਣਾਉਂਦੇ ਜੇ ਕਮਤ ਕਮ ਨੂੰ ਟੈਸਟਿੰਗ ਕਰਕੇ ਨਾ ਜੀ? ਹਾਂਜੀ ਹਾਂਜੀ, ਨੂੰ ਟੈਸਟਿੰਗ ਕਰਕੇ ਪਾਸ ਕਰਿਆ ਕਰੋ। ਬਿਲਕੁਲ, ਉਹਦੀ ਲੈਬਾਰਟਰੀ ਕਰੀ ਦੀ, ਉਹਦਾ ਮਟੀਰੀਅਲ ਦੇਖੀ ਦਾ। ਅੱਛਾ ਜੀ। ਮਟੀਰੀਅਲ ਦੇਖ ਕੇ ਅਤੇ ਫਿਰ ਅਸੀਂ ਜਿਹੜਾ ਉਹਨੂੰ ਆਪਣਾ ਚੈੱਕ ਕਰਕੇ ਮਟੀਰੀਅਲ ਫਿਰ ਬਣਾਈ ਦਾ। ਅੱਛਾ, ਇਹ ਤੁਹਾਡਾ ਜਿਹੜਾ ਮਿੰਟ ਨੂੰ ਰਹਿਣ ਦਿਓ ਜੀ, ਪਹਿਲੇ ਤੁਸੀਂ ਕਿਹੜਾ ਹੁਣ ਚਲਾ ਰਹੇ ਜੀ? ਇਹ ਗਾਰਡ ਚੱਲ ਰਿਹਾ ਤੁਹਾਡਾ? ਇਹ ਵਾਲਾ ਚੱਲ ਰਿਹਾ ਜੀ। ਪਹਿਲੇ ਤੁਹਾਡਾ ਇਹ ਗਾਰਡ ਚੱਲ ਰਿਹਾ ਜੀ? ਬਿਲਕੁਲ। ਇਹ ਤਕਰੀਬਨ ਜਿਹੜਾ ਕੀ ਮਾਰਕੀਟ ਰੇਟ ਹੈ ਅੱਜ ਕੱਲ੍ਹ?
ਇਹਦਾ ਮਾਰਕੀਟ ਜਿਹੜਾ ਪਰਚੂਨ ਰੇਟ ਚੱਲ ਰਿਹਾ 650 ਰੁਪਇਆ ਚੱਲ ਰਿਹਾ ਜੀ। 650 ਰੁਪਏ ਦਾ ਕਾਰਡ ਜਿਹਦੇ ਤੇ ਬਾਬਾ ਐਮ ਐਚ ਲਿਖਿਆ, ਬਾਬਾ ਮੁਹੰਮਦ ਸੈਨ, ਬਾਬਾ ਮੁਹੰਮਦ ਸੈਨ ਤੇ ਮਗਰ ਤੁਹਾਡਾ ਨੰਬਰ ਲਿਖਿਆ। ਹਾਂ, ਮਗਰ ਨੰਬਰ ਲਿਖਿਆ। ਤੁਹਾਡਾ ਜਿਹੜਾ ਕਾਰਡ ਹੈ ਇਹ ਮਾਰਕੀਟ ਵਿੱਚ ਤੁਹਾਡੇ ਨਾਂ ਦੀ ਕਾਪੀ ਵੀ ਚੱਲ ਰਹੀ ਹੈ? ਕਾਪੀ ਤਕਰੀਬਨ ਹਰ ਦੁਕਾਨਦਾਰ ਦੇ ਕੋਲ ਹੀ, ਸਿਰਫ ਚੰਦ ਇੱਕ ਦੁਕਾਨਦਾਰ ਨੇ ਜਿਹੜੇ ਨਾ ਹਫ਼ਤਾ ਬਾਅਦ ਵਿੱਚ ਹੋ ਗਏ। ਅੱਛਾ ਜੀ। ਤੇ ਬਾਹਰ ਕਈ ਇਲਾਕੇ ਐਸੇ ਨੇ ਜਿੱਥੇ ਨਾਂ ਤੇ ਸਾਡਾ ਚੱਲਦਾ ਪਰ ਚੀਜ਼ ਸਾਡੀ ਨਹੀਂ ਉਹਨਾਂ ਕੋਲ ਹੁੰਦੀ। ਹਾਂਜੀ, ਬੰਦੇ ਯੂਜ਼ ਕਰਦੇ ਨੇ ਫਿਰ ਉਹਨਾਂ ਨੂੰ ਪਤਾ ਲੱਗਦਾ ਯਾਰ ਅਸਲ ਨਕਲ ਕਿਹੜਾ ਕਾਰਡ ਹੈ। ਹਾਂਜੀ ਦੋਸਤੋ, ਵੀਰੋ ਫਿਰ ਜੋ ਗੱਲ ਕਰਨ ਦਾ ਮਕਸਦ ਹੈ, ਪਾਕਿਸਤਾਨ ਅਸੀਂ ਮੁਸਲਮਾਨ ਹਾਂ, ਅਸੀਂ ਬੇਈਮਾਨੀ ਪਹਿਲੇ ਕਰਨੀ ਹੈ, ਕਾਰੋਬਾਰ ਬਾਅਦ 'ਚ ਕਰਨਾ। ਸਾਡੀ ਬੁਨਿਆਦ ਹੀ ਝੂਠ ਤੋਂ ਸ਼ੁਰੂ ਹੁੰਦੀ ਹੈ। ਇਹ ਬਾਬਾ ਐਮ ਐਚ ਬਾਬਾ ਮੁਹੰਮਦ ਸੈਨ ਦਾ ਮੋਹਰ ਵੀ ਲੱਗੀ ਹੈ, ਮਗਰ ਨੰਬਰ ਵੀ ਲੱਗਿਆ, ਪਰ ਕਾਪੀ ਇਹਨਾਂ ਦੀ ਵਿੱਚ ਪਾਕਿਸਤਾਨ 'ਚ ਦਸਤਿਆਬ ਹੈ। ਇਹਨਾਂ ਕੋਲ 100 ਗਾਰਡ ਜਾਂਦਾ, 1000 ਗਾਰਡ ਹੋਰ ਜਗ੍ਹਾ ਤੋਂ ਬਣਾ ਕੇ ਵੇਚਿਆ ਜਾਂਦਾ। ਅਤੇ ਭਰਾਓ ਸੱਜਣੋ, ਜਦੋਂ ਤੁਸੀਂ ਪੈਸੇ ਭਰਨੇ ਨੇ, ਇਹ ਤੁਹਾਨੂੰ ਰੇਟ ਦੱਸਣ ਦੇ, ਤੁਸੀਂ ਇਹਨਾਂ ਨੂੰ ਈਜ਼ੀ ਪੈਸਾ ਕਰਾਓ, ਇਹਨਾਂ ਕੋਲ ਬੰਦਾ ਘੱਲੋ, ਇਹਨਾਂ ਕੋਲ ਗਾਰਡ ਦੀ ਲਾਡੇ ਵਾਲੀ ਪੈਸੇ ਘੱਲੋ, ਤੋੜ ਜਿੱਥੇ ਦਾ ਤੁਹਾਡਾ ਐਡਰੈਸ ਹੋਵੇ ਦਾ ਗਾਰਡ ਪਹੁੰਚੇ ਦਾ ਨਾ ਪਹੁੰਚੇ, ਜ਼ਿੰਮੇਵਾਰੀ ਸਾਡੀ ਹੈ। ਅਗਰ ਤੁਹਾਨੂੰ ਮਾਲ ਇਹਨਾਂ ਕੋਲ ਮਾਲ ਗਿਆ ਹੋਇਆ, ਅਗਰ ਕੋਈ ਪ੍ਰੋਬਲਮ ਕਰਦਾ, ਕੋਈ ਮਸਲਾ ਕਰਦਾ, ਅਸੀਂ ਇਹਨਾਂ ਪੁੱਛਣ ਵਾਲਿਆ ਭਾਅ ਜੀ ਤੁਹਾਡਾ ਗਾਰਡ ਕਿਉਂ ਨਹੀਂ ਚੱਲਿਆ, ਇੱਥੇ ਖੋਤੇ ਕੋਟੇ ਦੀ ਪਹਿਚਾਣ ਕੋ ਨਹੀਂ ਤੁਸੀਂ। ਅਗਰ ਕੋਈ ਮੇਰਾ ਭਰਾ ਸੱਜਣ ਵੀ ਇਸ ਮੁੰਜੀਆਂ ਦੇ ਸੀਜ਼ਨ ਤੁਹਾਡੇ ਕੋਲ ਗਾਰਡ ਲੈਣ ਆਵੇ, 100 ਆਵੇ, 1 ਆਵੇ, 50 ਆਵੇ, ਤੁਸੀਂ ਕੀ ਰੇਟ ਦੇ ਰਹੇ ਜੇ? 650 ਰੁਪਏ ਦਾ ਗਾਰਡ ਅਲੀਪੁਰ ਚੱਠੇ ਦੇ ਚਾਚੇ ਮੁਹੰਮਦ ਸੈਨ ਦਾ। ਨੰਬਰ ਭਾਈ ਇਹਨਾਂ ਦਾ ਉੱਤੇ ਸ਼ੋਅ ਕਰਾਵਾਂਗੇ, ਭਾਈ ਰਫਾਨ ਦਾ। ਇਹਨਾਂ ਨੂੰ ਈਜ਼ੀ ਪੈਸਾ ਕਰਾਓ, ਗਾਰਡ 50, 100, 150, 200, ਕੋਸ਼ਿਸ਼ ਕਰਿਆ ਕਰੋ, ਆਂਢੀ ਗੁਆਂਢੀ ਮਸ਼ੀਨ ਵਾਲੇ ਇਕੱਠੇ ਕਰਕੇ ਇਹਨਾਂ ਕੋਲ ਮੰਗਵਾ ਲਿਆ ਕਰੋ। ਅਗਰ ਉਹ ਚੀਜ਼ ਨਾ ਤੁਹਾਡੇ ਪਸੰਦ ਆਵੇ, ਬਿੱਲ ਇਹਨਾਂ ਦਾ ਬਣਿਆ ਹੋਵੇ ਦਾ, ਗਾਰਡ ਕੋਈ ਸੀਜ਼ਨ ਦੇ ਦੌਰਾਨ ਨਹੀਂ, ਪੂਰੇ ਤੁਹਾਡੇ ਗਾਰਡ ਦੀ ਸੀਜ਼ਨ ਦੀ ਗਰੰਟੀ ਹੈ? ਅਸੀਂ ਗਰੰਟੀ ਵੀ ਦਿੰਦੇ ਹਾਂ, ਜੇ ਕਿ 3 ਸੀਜ਼ਨ ਤੱਕ ਗਾਰਡ ਚੱਲਦੇ ਨੇ, ਲੋਕੀ ਆਪ ਆ ਕੇ ਦੱਸਦੇ ਨੇ ਕਿ ਭਾਅ ਅੱਜ ਤੱਕ ਕੋਈ ਕਲੇਮ ਨਹੀਂ, ਕੋਈ ਲਾਮਾ ਨਹੀਂ, ਮਤਲਬ ਇੱਕ ਸੀਜ਼ਨ ਤਾਂ ਜਾ ਹੀ ਨਹੀਂ ਸਕਦੇ ਨਾ, ਕਿਉਂਕਿ ਸਾਨੂੰ ਇਹਦੇ ਮਟੀਰੀਅਲ ਤੇ ਯਕੀਨ ਹੈ ਕਿ ਅਸਾਂ ਮਟੀਰੀਅਲ ਜੋ ਲਗਾਏ ਆ ਨਾ ਉਹਦੇ ਵਿੱਚ ਅਸੀਂ ਕੋਈ ਕੰਪਰੋਮਾਈਜ਼। ਇਹ ਤੁਹਾਡਾ ਕਿਹੜਾ ਮਟੀਰੀਅਲ ਹੈ ਜੀ? ਇਹ ਸਮੇਂ ਦਾ 1045 ਹੁੰਦਾ, ਹਾਈ ਕਾਰਬਨ ਮਟੀਰੀਅਲ ਹੁੰਦਾ 1045। ਇਹ 1045 ਹੈ? 1045 ਇਹ 1045 ਦਾ ਤੁਹਾਡਾ ਮਤਲਬ ਡਿਗਰੀ ਦਾ ਬਣਿਆ? ਹਾਂਜੀ। ਇਹ ਖਿੱਲੀ ਜਿਹੜੀ ਇਹ ਵੀ ਨਵਾਂ ਸਰੀਆ ਹੁੰਦਾ, ਸ਼ਾਲੀਮਾਰ ਦਾ, ਪਾਕਿਸਤਾਨ ਦੀ ਇੱਕ ਮਸ਼ਹੂਰ ਮੇਲੇ ਸ਼ਾਲੀਮਾਰ, ਸ਼ਾਲੀਮਾਰ ਉਹਦਾ 1045 ਦਾ ਗ੍ਰੇਡ ਦਾ ਸਰੀਆ ਲੱਗਾ ਹੁੰਦਾ। ਇਹ ਪੁਰਾਣੀ ਨਹੀਂ ਸਰੀਆ, ਕਈ ਪੁਰਾਣੇ ਸਰੀਏ ਜੋ ਅਕਸਰ ਬਣਾਉਂਦੇ ਨੇ ਅਤੇ ਉਹਦੀ ਕਾਰਗਰਦਗੀ ਜਾਂ ਉਹਦੀ ਕੁਆਲਿਟੀ ਇਸ ਤਰ੍ਹਾਂ ਦੀ ਨਹੀਂ ਬਣਦੀ। ਇਹ ਸੀਜ਼ਨ ਚਾਵਲਾਂ ਦਾ ਜਿਹੜਾ ਹੈ ਤੁਹਾਡਾ ਸੀਜ਼ਨ, ਇਹ ਕੀ ਰੇਟ ਚੱਲ ਰਹੀ ਹੈ? ਇਹ ਚੱਲ ਰਹੀ ਹੈ 180 ਰੁਪਏ 180 ਰੁਪਏ ਦੀ ਕਿੱਲੀ ਚੱਲ ਰਹੀ ਹੈ, 650 ਦਾ ਇੱਕ ਨੰਬਰ ਗਾਰਡ ਚੱਲ ਰਿਹਾ। ਉਸ ਤੋਂ ਬਾਅਦ ਦੂਜੀ ਕੁਆਲਿਟੀ ਤੁਹਾਡੇ ਕਿਹੜੀ ਹੈ? ਨਹੀਂ, ਲਵਾਂਡਾ ਦਾ ਇਹ ਦੂਜੀ ਕੁਆਲਿਟੀ ਜਿਹੜੀ ਤੁਸੀਂ ਐਕਸਪੋਰਟ ਵੀ ਕਰ ਸਕਦੇ, ਮਤਲਬ ਤੁਹਾਡੇ ਕੋਲ ਇੱਕ ਕੁਆਲਿਟੀ ਉਹ ਤੇ ਉਸ ਤੋਂ ਬਾਅਦ ਦੂਜੀ ਹੈ, ਦੋ ਹੀ ਕੁਆਲਿਟੀਆਂ ਤੁਹਾਡੇ ਕੋਲ? ਇੱਕ ਹੈ ਵੇ ਇਹਦੇ ਵਿੱਚ ਇਹ ਵੇ ਕਿ ਇਹ ਮਿਲਾਂ ਤੇ ਕਟਰ ਲਗਾਈਦਾ। ਅੱਛਾ, ਚੱਲਦਾ ਉਹਦੇ ਜਿੰਨਾ ਹੀ। ਅੱਛਾ, ਪਰ ਇਹਦਾ ਥੋੜਾ ਰੇਟ ਉਹਦੇ ਨਾਲ ਨਾਲ ਜ਼ਿਆਦਾ ਹੋ ਜਾਂਦਾ, ਤਕਰੀਬਨ 750 ਰੁਪਏ ਰੇਟ। ਅੱਛਾ, 750? ਹਾਂਜੀ। ਅੱਛਾ, ਇਸ ਤੇ ਵੀ ਨੰਬਰ ਲਿਖਿਆ ਤੇ ਉਹ ਹੀ ਲਿਖਿਆ ਮੋਰ, ਇਹਦਾ ਸਟਾਈਲ ਹੋਰ ਹੈ, ਇਹ 750 ਦਾ, ਇਹ ਵੀ ਇਹ ਮਤਲਬ ਉਸ ਤੋਂ ਜ਼ਿਆਦਾ ਚੱਲਦਾ? ਨਹੀਂ ਚੱਲਦੇ, ਇਹ ਤਾਂ ਇੱਕ ਹੀ ਸੀ ਰਵੇ, ਇਹਦਾ ਵਜ਼ਨ ਵਿੱਚ ਨਾ ਫਰਕ ਆ ਜਾਂਦਾ, ਵਜ਼ਨ ਜ਼ਿਆਦਾ। ਅੱਛਾ, ਚਲਾਈ ਇੱਕ ਹੀ ਹੈ? ਚਲਾਈ ਹੈ। ਅਗਰ ਚਲਾਈ ਇੱਕ ਤੇ ਉਹ ਬਿਹਤਰ ਹੈ ਜਿਹੜਾ ਤੁਹਾਡਾ ਪੁਰਾਣਾ ਡਿਜ਼ਾਈਨ ਚੱਲ ਰਿਹਾ? ਅਸੀਂ ਵੀ ਇਹੀ ਤਰਜੀਹ ਦਿੰਦੇ ਹਾਂ ਕਿ ਜ਼ਿਆਦਾ ਵਜ਼ਨੀ ਗਾਰਡ ਅੱਛਾ ਨਹੀਂ ਹੁੰਦਾ, ਗਾਰਡ ਉਹੀ ਹੈ ਜਿਹੜਾ ਕਿਲੋ ਦੇ ਰੇਂਜ ਵਿੱਚ ਹੋਵੇ। ਜਿਹੜੇ ਬੰਦੇ ਬਣਾਉਂਦੇ ਨਾ 1200 ਗ੍ਰਾਮ ਦਾ, 1300 ਗ੍ਰਾਮ, ਉਹਦੀ ਕੁਆਲਿਟੀ ਉਹ ਨਹੀਂ ਅੱਛੀ। ਅੱਛਾ, ਇਸ ਗਾਰਡ ਦੇ ਬਾਰੇ ਦੱਸੋ ਤੁਸੀਂ, ਇਹਨੂੰ ਕੀ ਐਕਸਪੋਰਟ ਕੁਆਲਿਟੀ ਕਰ ਰਹੇ ਹੋ? ਐਕਸਪੋਰਟ ਕੁਆਲਿਟੀ ਇਹ ਹੁੰਦਾ, ਚੱਲ ਕੇ ਆਇਆ 1500 ਕਿੱਲਾ ਕੱਟ ਕੇ ਦੇ ਦੀ, ਤੁਸੀਂ ਹਾਲਤ ਵੇਖ ਲਓ ਠੀਕ ਹੈ ਕਿੰਨਾ ਕੁ ਘੱਸਿਆ। ਇਹੀ ਸਾਊਦੀਆ ਭੇਜਣਾ ਸੀ, ਸਾਊਦੀਆ ਜੋ ਅਲਹਮਦੁਲਿਲਾ ਆਰਡਰ ਆਇਆ, ਉਹਨਾਂ ਜਿਹਨੇ ਹਾਂ ਚਲਾ ਕੇ ਟੈਸਟ ਕੀਤਾ, ਇਹਦੇ ਕਾਰਗਰਦਗੀ ਸਹੀ ਹੋਣੀ, ਇਨਸ਼ਾਅੱਲਾ ਭੇਜਾਂਗੇ। ਨਹੀਂ, ਇਹ 1500 ਕਿੱਲਾ ਮੁੰਜੀ ਕੱਟ ਕੇ ਆਇਆ, ਕਣਕ ਕੱਟ ਕੇ? ਨਹੀਂ, ਕਣਕ ਕੱਟੀ ਸੀ ਇਹ 1500 ਕਿੱਲਾ ਦੋਸਤੋ, ਕਣਕ ਕੱਟ ਕੇ ਆਇਆ, ਇਹਨਾਂ ਦੇ ਪੱਟੀ ਦੇ ਵਿੱਚ ਗਾਰਡ ਪਾਏ ਸੀ, ਉਸ ਤੋਂ ਬਾਅਦ ਲਿਆ ਕੇ ਇਹਨਾਂ ਨੇ ਇਹਨੂੰ ਸ਼ਾਈਨਿੰਗ ਦਿੱਤੀ ਹੈ। ਇਹ 1500 ਕਿੱਲਾ ਕਟਾਈ ਕਰਕੇ ਆਇਆ, ਤੇ ਇਹਦਾ ਤੁਸੀਂ ਅੰਦਾਜ਼ਾ ਚੈੱਕ ਕਰ ਲਓ, ਵੀ ਚੈੱਕ ਕਰੋ,
ਬਲੇਡ ਮੋਟਾ ਲੱਗਾ ਪਹਿਲੇ ਸ਼ੁਰੂ ਤੋਂ ਕਟਰ ਮੋਟਾ ਲਗਾਇਆ ਇਹ ਮੋਟਾ ਬਲੇਡ ਲਾਇਆ ਇਹਨੂੰ ਕਿਉਂ ਲਾਇਆ ਇਹ ਕਿਉਂਕਿ ਉਹ ਬਾਹਰ ਚੱਲਦਾ ਹੀ ਮੋਟਾ ਕਟਰ ਤੇ ਅਗਰ ਜੇ ਪਾਕਿਸਤਾਨ ਬਣਾਉਂਦੇ ਜੇ ਫਿਰ ਉਹਦੇ ਮੁਤਾਬਕ ਉਹ ਇਹਦੇ ਬਰਾਬਰ ਹੋਵੇਗਾ ਇਹਦੇ ਬਰਾਬਰ ਅੱਛਾ ਇਹ ਮੋਟਾ ਬਲੇਡ ਹੈ ਹਾਂਜੀ ਇਸ ਵਾਸਤੇ ਚਰੀ ਜ਼ਿਆਦਾ ਹੈ ਹਾਂਜੀ ਇਹ ਚਰੀ ਬਰੀਕ ਬਲੇਡ ਦੀ ਹੈ ਹਾਂਜੀ ਇਹ ਬਰੀਕ ਤੇ ਦੋਸਤਾਂ ਨੂੰ ਇਹ ਦੱਸੋ ਸਾਡੇ ਮਸ਼ੀਨਾਂ ਵਾਲੇ ਭਰਾ ਅੱਛਾ ਇਹ ਜਿਹੜਾ ਤੁਹਾਡਾ ਇਹ ਮਟੀਰੀਅਲ ਹੈ ਜਿਹੜਾ ਬਾਹਰ ਤੁਸੀਂ ਕਰ ਰਹੇ ਜੇ ਅਗਰ ਇਹ ਕੋਈ ਪਾਕਿਸਤਾਨ 'ਚ ਮੇਰਾ ਭਰਾ ਬਣਵਾਉਣਾ ਚਾਹੇ ਤੁਹਾਡੇ ਕੋਲ ਇਸ ਮਸ਼ੀਨ ਅਸੀਂ ਇਹਦੇ ਵਿੱਚ ਹੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਜਿਹੜਾ ਰੇਟ ਇਹਦਾ 800 ਚੱਲ ਰਿਹਾ ਨਾ ਇਹਨੂੰ 650-700 ਦੇ ਵਿੱਚ ਲਿਆ ਕੇ ਨਾ ਤੇ ਤਾਂ ਕਿ ਸਾਡੀ ਇੱਕ ਜਿਹੜੀ ਕੁਆਲਿਟੀ 2 ਨੰਬਰ ਬਣ ਰਹੀ ਹੈ ਨਾ ਫਿਰ ਉਹ ਇੱਥੋਂ ਤੱਕ ਨਹੀਂ ਪਹੁੰਚ ਸਕਦਾ ਕਿਉਂਕਿ ਮਾਸ਼ਾਅੱਲਾ ਜਿਹੜੀ ਮਸ਼ੀਨਰੀ ਲਗਾਈ ਹੈ ਨਾ ਇਹਦੀ ਪ੍ਰੋਡਕਸ਼ਨ ਅਸੀਂ ਜ਼ਿਆਦਾ ਕਰਾਂਗੇ ਕਮਾਈ ਘੱਟ ਕਰ ਲਾਂਗੇ ਅੱਗੇ ਸਾਡਾ ਇਹ ਕਿ ਪ੍ਰੋਡਕਸ਼ਨ ਉਸ ਹਿਸਾਬ ਨਾਲ ਘੱਟ ਹੈ ਕਿਉਂਕਿ ਇਹਦੇ ਵਿੱਚ ਜੇ ਇਹ ਪੀਸ ਬਣਾਈਏ ਨਾ 750 ਦਾ ਦੇਈਏ ਤਾਂ ਕੋਈ 30-40 ਰੁਪਏ ਦੀ ਗੇਮ ਜ਼ਿਆਦਾ ਨਹੀਂ ਹੈ ਅਸੀਂ ਉਨੀ ਪ੍ਰੋਡਕਸ਼ਨ ਆਪਣੀ ਸਹੀ ਕਰ ਲਾਂਗੇ ਤਾਂ ਕਿ ਪ੍ਰੋਡਕਸ਼ਨ ਦੇ ਸਿਰ ਤੇ ਹੀ ਕਮਾਈ ਕਰੀਏ ਹੁਣ ਆਪਣੇ ਕੋਲ ਕੋਈ ਇਹ ਸੀਜ਼ਨ ਮੂੰਜੀ ਦੇ ਸੀਜ਼ਨ ਆਪਾਂ ਨੂੰ ਆਰਡਰ ਤੇ ਕੋਈ ਬੰਦਾ ਆਖੇ ਮੈਨੂੰ ਇਹ ਗਾਰਡ ਤਿਆਰ ਕਰਕੇ ਦਿਓ ਇਨਸ਼ਾਅੱਲਾ ਇਹ ਤਕਰੀਬਨ 2-3 ਮਾਹ ਤੋਂ ਬਾਅਦ ਪ੍ਰੋਪਰ ਸ਼ੁਰੂ ਹੋ ਜਾਏਗਾ ਮਤਲਬ ਇਹ ਵੀ ਚਾਵਲਾਂ ਦੇ ਸੀਜ਼ਨ 'ਚ ਨਹੀਂ ਗੱਲ ਬਣਨੀ ਅਗਲੇ ਮੁੱਖ ਕਣਕ ਦੇ ਸੀਜ਼ਨ 'ਚ ਫਿਰ ਆਲਰੇਡੀ ਅਸੀਂ ਗੱਲ ਹੀ ਨਹੀਂ ਕਰਦੇ ਕਿਉਂਕਿ ਇਹ ਸੀਜ਼ਨ ਜਨਾਬ ਚਾਵਲਾਂ ਦੇ ਵਿੱਚ ਗਾਰਡ ਆ ਹੀ ਨਹੀਂ ਰਿਹਾ ਕਮਿੰਗ ਸੂਨ ਹੈ ਇਸ ਵਿੱਚ ਜਿਹੜਾ ਗਾਰਡ ਸਭ ਤੋਂ ਜਿਹੜਾ ਬਿਹਤਰੀਨ ਚੱਲ ਰਿਹਾ ਉਹ ਇਹ ਹੀ ਹੈ ਸਾਡੇ 600 ਰੁਪਇਆ ਰੇਟ ਅਲੀਪੁਰ ਚੱਠਾ ਚਾਚਾ ਮੁਹੰਮਦ ਹੁਸੈਨ ਦਾ ਨਾਂ ਭਾਈ ਇਰਫਾਨ ਦਾ ਨੰਬਰ ਤੇ ਅਫਜ਼ਾਬਾਦ 'ਚ ਆਪਣੀ ਦੁਕਾਨ ਕਿਹੜੀ ਹੈ ਜੀ ਅਫਜ਼ਾਬਾਦ ਦੇ ਉਸਮਾਨ ਆ ਉਹ ਕਾਰਡ ਦੇ ਇੰਦਰ ਦੁਕਾਨ ਲਿਓ ਜੀ ਅਫਜ਼ਾਬਾਦ ਦੇ ਵਿੱਚ ਇਹਨਾਂ ਦੇ ਇਤਮਾਦ ਵਾਲੇ ਬੰਦੇ ਦੀ ਇੱਕ ਦੁਕਾਨ ਹੈ ਜਿਹਦੇ ਤੋਂ ਇਹ 650 ਰੁਪਏ ਦਾ ਕਾਰਡ ਉੱਥੋਂ ਵੀ ਮਿਲੇਗਾ ਅਗਰ ਕੋਈ ਆਨਲਾਈਨ ਬੰਦਾ ਲਵੇਗਾ ਉਹਨੂੰ ਵੀ 650 ਦਾ ਹੀ ਮਿਲੇਗਾ ਤੇ ਇਤਮਾਦ ਵਾਲੇ ਕੋਈ ਬੰਦੇ ਕੋਲ ਕਾਰਡ ਲਿਆ ਕਰੋ 650 ਭਰ ਕੇ ਤੇ ਕਈ ਮੇਰੇ ਭਰਾ ਨੇ ਜਿਹੜੇ 650 ਤੁਹਾਡੇ ਕੋਲ ਲੈ ਲਿਆ ਅੱਗੂ ਮੋਹਰ 'ਚ ਇਸ ਚਾਚੇ ਮੁਹੰਮਦ ਹੁਸੈਨ ਦੀ ਅਤੇ ਗਾਰਡ ਤੁਹਾਨੂੰ 400 ਵਾਲਾ ਦੇ ਦਿੱਤਾ ਤੁਸੀਂ ਘਰ ਬੈਠੇ ਆਖਣਾ ਲੈ ਵੀ ਚਾਚੇ ਮੁਹੰਮਦ ਹੁਸੈਨ ਦਾ ਮਾਲ ਨਹੀਂ ਅੱਛਾ ਇਸ ਵਾਸਤੇ ਸ਼ਹਿਰ ਨੂੰ ਪਰਖਿਆ ਕਰੋ ਸ਼ਹਿਰ ਨੂੰ ਲੈਣ ਲੱਗਿਆ ਚੈੱਕ ਕਰਿਆ ਕਰੋ ਕਿ ਅਸੀਂ ਕਿਸ ਬੰਦੇ ਕੋਲ ਲੈ ਰਹੇ ਹਾਂ ਮਾਰਕੀਟ 'ਚ ਧੋਖਾ ਬਹੁਤ ਜ਼ਿਆਦਾ ਅਤੇ ਧੋਖੇ ਵਾਲੇ ਬੰਦੇ ਦੇ ਨਾਲ ਅਸੀਂ ਬਿਲਕੁਲ ਨਹੀਂ ਅੱਲਾ ਦੇ ਹੁਕਮ ਨਾਲ ਜਿਹੜਾ ਬੰਦਾ ਧੋਖਾ ਦੇਵੇਗਾ ਉਹਦੇ ਖਿਲਾਫ਼ ਅਸੀਂ ਵੀਡੀਓ ਵੀ ਪਾਵਾਂਗੇ ਕਿਸ ਬੰਦੇ ਧੋਖਾ ਦਿੱਤਾ ਗੱਲ ਹੱਕ ਸੱਚ ਦੀ ਹੀਰੋ ਦੀ ਹੱਕ ਲਾਲ ਦੀ ਉਹ ਖਾਓ ਅਤੇ ਆਪਣੇ ਬੱਚਿਆਂ ਨੂੰ ਖਵਾਓ ਇਹ ਕਿਹਾ ਪਾਕਿਸਤਾਨ ਵਿੱਚ ਸੂਰ ਹੈ ਕਿ ਜਨਾਬ ਇਹ ਗਾਰਡ 650 ਦਾ ਕਾਪੀ ਵਾਲਾ 400 ਦਾ ਚੁੱਕਿਆ ਤਾਂ 650 ਵਾਲੇ ਦੇ ਮੁਤਾਬਕ ਵੇਚ ਦਿੱਤਾ ਇਹ ਕਾਰੋਬਾਰ ਠੱਪ ਹੋਣ ਵਾਲਾ ਪ੍ਰੋਗਰਾਮ ਹੁੰਦਾ ਹੈ ਵਾਧੇ ਪਾਸੇ ਨਹੀਂ ਜਾ ਸਕਦਾ ਚਾਚੇ ਮੁਹੰਮਦ ਹੁਸੈਨ ਨੇ ਕੰਮ ਸ਼ੁਰੂ ਕੀਤਾ ਨਿੱਕੇ ਲੈਵਲ ਤੋਂ ਉਹਨਾਂ ਦਾ ਬੇਟਾ ਅਲਹਮਦੁਲਿਲਾ ਅਸੀਂ ਉਮੀਦ ਕਰਾਂ ਤੇ ਇਹ ਵੀ ਜਨਾਬ ਉਹਨਾਂ ਅੰਗਰ ਮਿਹਨਤ ਕਰ ਰਹੇ ਨੇ ਅਤੇ ਹੱਕ ਹਲਾਲ ਦੀ ਰੋਜ਼ੀ ਕਮਾਣ ਦੇ ਅੱਜ ਚੈੱਕ ਕਰੋ ਇਹਨਾਂ ਕੋਲ ਟੋਟਲ ਮਸ਼ੀਨਰੀ ਤੁਹਾਨੂੰ ਵਿਖਾਉਂਦੇ ਹਾਂ ਕਿਹੜੀ ਕਿਹੜੀ ਇਹਨਾਂ ਕੋਲ ਮਸ਼ੀਨਰੀ ਪਈ ਹੈ ਮੁਕੰਮਲ ਡਿਟੇਲ ਤੁਹਾਨੂੰ ਦਿੰਦੇ ਹਾਂ ਜਨਾਬਿਆਂ ਲਈ ਹਾਂਜੀ ਦੋਸਤੋ ਅਫਜ਼ਾਬਾਦ ਦੇ ਵਿੱਚ ਬਾਬਾ ਮੁਹੰਮਦ ਹੁਸੈਨ ਐਗਰੀ ਸਪੇਅਰ ਪਾਰਟ ਤੇ ਗੁਲਾਮ ਮੁਰਤਜ਼ਾ ਉਹਨਾਂ ਦਾ ਨਾਂ ਹੈ ਬਾਬਾ ਮੁਹੰਮਦ ਹੁਸੈਨ ਹੈ ਨੰਬਰ 0303-8760-506 ਸਕਰੀਨ 'ਤੇ ਵੀ ਸ਼ੋਅ ਕਰਦੇ ਹਾਂ ਵੀ ਅਫਜ਼ਾਬਾਦ 'ਚੋਂ ਮੇਰਾ ਭਰਾ ਲੈਣਾ ਚਾਹੇ ਨੰਬਰ ਇਹਨਾਂ ਕੋਲੋਂ ਨਾ ਲੈ ਸਕਦਾ ਹੈ ਜੀ ਭਾਈ ਇਰਫਾਨ ਇਹ ਦੱਸੋ ਵੀ ਗੁਜਰਾਂ ਵਾਲੇ 'ਚ ਤੁਹਾਡੀ ਤਮਾਦ ਵਾਲੀ ਦੁਕਾਨ ਹੋਵੇ ਅਫਜ਼ਾਬਾਦ ਤੋਂ ਵੀ 650 ਦਾ ਹੀ ਮਿਲੇਗਾ ਤੇ ਕੋਈ ਮੇਰਾ ਭਰਾ ਸੱਜਣ ਵੀਰ ਕੋਈ ਜ਼ਿਆਦਾ ਮਸ਼ੀਨਾਂ ਵਾਲਾ ਕੋਈ ਥੋਕ ਦੇ ਹਿਸਾਬ ਨਾਲ ਕੋਈ 400-500 ਗਾਰਡ ਲੈਂਦਾ ਸਾਫ਼ ਗੱਲ ਹੈ 19-20 ਦਾ ਫਰਕ ਪੈ ਜਾਂਦਾ ਤੇ ਬਾਕੀ ਮੁਕੰਮਲ ਤਫਸੀਲ ਵਿਖਾਉਂਦੇ ਨੇ ਕੋਈ ਮਸ਼ੀਨਰੀ ਕਿਹੜੀ ਕਿਹੜੀ ਹੈ ਕਿਸ ਤਰੀਕੇ ਚੀਜ਼ਾਂ ਬਣ ਰਹੀਆਂ ਨੇ ਸਾਡੇ ਨਾਲ ਨਾ ਰਹੇ ਵੀਡੀਓ ਤੇ ਮਿਹਰਬਾਨੀ ਸ਼ੁਕਰੀਆ ਜਨਾਬ ਦਾ ਅਕੋਰੇਸੀ ਨਾਲ ਇਹ ਤੁਹਾਨੂੰ ਦੱਸੇਗੀ ਤੁਹਾਡਾ ਇੰਨਾ ਬੋਰ ਖੁੱਲਾ ਹੋ ਗਿਆ ਇੰਨਾ ਤੰਗ ਹੋ ਗਿਆ ਯਾਨੀ ਤੁਸੀਂ ਮੁਕੰਮਲ ਇੱਕ ਚੀਜ਼ ਨੂੰ
ਪੂਰੀ ਆਪਰੇਸ਼ਨ ਤਿਆਰ ਕਰ ਸਕਦੇ ਖਰਾਦ ਮਸ਼ੀਨ ਹੈ। ਅੱਛਾ, ਨਾਲ DRO ਵਗੈਰਾ ਲੱਗਾ ਹੈ। ਤੇ ਇਹ ਕੀ ਚੀਜ਼ ਹੈ ਜੀ? ਇਹ ਮਸ਼ੀਨ ਹੈ, ਇਹ ਬਲੇਡ ਦਾ ਥੱਲਿਓਂ ਜਿਹੜਾ ਫੇਸ ਕਰਦੀ ਨਾ, ਪਤਾ ਬਲੇਡ ਦੇ ਥੱਲਿਓਂ ਕਢਾਈ ਹੋਈ ਹੁੰਦੀ, ਉਹ ਮਸ਼ੀਨ ਕਰਦੀ। ਇਹਨੂੰ ਆਉਂਦੇ ਨੇ ਸਰਫੇਸ ਗ੍ਰੈਂਡਰ। ਅੱਛਾ, ਪ੍ਰੈਸ ਮਸ਼ੀਨ ਹੈ ਤੇ ਤੁਸੀਂ ਆਪਣਾ ਬਲੇਡਾਂ ਨੂੰ ਸੁਰਾਹ ਪਾ ਲਓ ਜਾਂ ਕੋਈ, ਤੇ ਜਿਹੜੀ ਮਰਜ਼ੀ ਡਾਈ ਬਣੋ ਉਹ ਕੰਮ ਕਰੇਗੀ। ਇਹ ਸੁਰਾਹ ਨੂੰ ਸੁਰਾਹ ਪਾਉਂਦੇ ਆ ਪ੍ਰੈਸ ਜਿਹੜਾ ਛੋਟਾ। ਅੱਛਾ, ਸੁਰਾਹ ਪਾਉਂਦਾ ਜੀ। ਹਾਂਜੀ, ਇਹ ਬਲੇਡ ਦੀ ਕਟਿੰਗ ਹੋਈ ਹੈ, ਬਲੇਡ ਤੁਸੀਂ ਬਣਾਉਂਦੇ ਜੇ? ਹਾਂਜੀ ਬਣਾਏ ਆਪਣਾ ਜੀ। ਇੱਧਰ ਆਓ ਤੇਰਾ, ਫਿਰ ਆਪਣਾ ਬਲੇਡ ਤਿਆਰ ਵੀ ਲਿਆਓ ਮੁੜਿਆ ਕੋਈ ਹੈ। ਤਿਆਰ ਹੋਇਆ ਬਲੇਡ ਹੈ। ਅੱਛਾ, ਬਲੇਡ ਦੀ ਕੀ ਕੀਮਤ ਹੈ ਅੱਜ ਕੱਲ੍ਹ? ਇਹ ਬਲੇਡ ਫਿਲਹਾਲ ਚਾਪਰ ਦਾ ਜਿਹਾ ਰਿਹਾ, ਹੁਣ ਨੈਕਸਟ ਸੀਜ਼ਨ ਦੇ ਰੇਟ ਨਿਕਲੇਗਾ, ਕਿਉਂਕਿ ਰੇਟ ਇੱਕ ਜਗ੍ਹਾ ਤੇ ਟਿਕਦੇ ਨਹੀਂ, ਰੋਜ਼ ਵੱਧਦੇ ਨੇ। ਅੱਛਾ, ਚਾਪਰ ਦਾ ਬਣਾਉਂਦੇ, ਦੂਜਾ ਮਸ਼ੀਨ ਦਾ ਨਹੀਂ ਬਣਾਉਂਦੇ? ਮਸ਼ੀਨ ਦਾ ਵੀ ਬਣਾਉਂਦੇ ਹਾਂ, ਉਹ ਹਾਲੇ ਜੇ ਨਾ ਚਾਦਰ ਬੜੀ ਮਹਿੰਗੀ ਹੋ ਗਈ ਸੀ, ਇਸ ਤੋਂ ਹਾਲੇ ਛੱਡੇ। ਚਾਪਰ ਦਾ ਇਹ ਕਿੰਨੇ ਦਾ ਕੋਈ ਪਤਾ ਨਹੀਂ ਜੇ? ਇਹ ਤਕਰੀਬਨ 55 ਰੁਪਏ ਦਾ ਚੱਲ ਰਿਹਾ ਸੀ। ਤੇ ਚਾਈਨਾ ਦੇ ਮੁਕਾਬਲੇ ਚੱਲ ਰਿਹਾ? ਚਾਈਨਾ ਤੋਂ ਇਨਸ਼ਾਅੱਲਾ ਡਬਲ ਚੱਲੇਗਾ। ਅੱਗੂ ਚ ਬਲੇਡ ਕੋਈ ਐਸਾ ਤਿਆਰ ਕਰਕੇ ਦੋ ਜਿਹੜਾ ਅੱਗੂ ਸੀਜ਼ਨ ਆਉਣ ਵਾਲਾ ਸਾਡਾ ਹਾਰਵੈਸਟਰਾਂ ਦਾ, ਤੂੜੀ ਵਾਲੀ ਮਸ਼ੀਨਾਂ ਦਾ, ਉਹਨਾਂ ਨੂੰ ਬਲੇਡ ਕਾਫੀ ਲੱਗਦਾ ਤੇ ਜਦੀਦ ਬਲੇਡ ਤਿਆਰ ਕਰੋ। ਤਿਆਰ ਹੋ ਗਿਆ ਇਹਦਾ ਮੁਕੰਮਲ ਸੈਟ। ਅੱਛਾ, ਇਹ ਕੀ ਮਸ਼ੀਨ ਕਰਦੀ ਆਪਣੀ? ਇਹ ਛੋਟੀ, ਇਹ ਛੋਟੀ ਲੋਹਾ ਵਗੈਰਾ ਵੱਢਣ ਵਾਸਤੇ, ਸ਼ਾਫਟਾਂ ਵੱਢਣ ਵਾਸਤੇ। ਅੱਛਾ, ਤੇ ਇਹ ਜੀ ਇਹ ਮਿਲਿੰਗ ਮਸ਼ੀਨ ਹੈ, ਤੇ ਤੁਸੀਂ ਗਰਾਰੀ ਬਣਾ ਸਕਦੇ ਹੋ। ਅੱਛਾ, ਕੋਈ ਵੀ ਗਰਾਰੀ ਚੈਨ ਉਹ ਲੱਗੀ ਹੋ ਜਾਂਦੀ ਹੈ। ਅੱਛਾ, ਉਸ ਤੋਂ ਬਾਅਦ ਇੱਥੇ ਤੁਸੀਂ ਗਾਡਾਂ ਨੂੰ ਝਰੀ ਵੀ ਪਾ ਸਕਦੇ ਹੋ, ਤੇ ਇਹ ਵੀ ਇੰਗਲੈਂਡ ਦੀ ਸਨਸਨਾਟੀ ਕੰਪਨੀ ਦੀ। ਸਹੀ, ਨਵੀਂ ਮਸ਼ੀਨ। ਇਹ ਸਾਰਾ ਮਾਲ ਜਾਪਾਨੀ ਹੈ? ਹਾਂ, ਟੋਟਲ ਜਾਪਾਨੀ ਹੈ ਮਾਲ। ਇਹ ਕੀ ਚੀਜ਼ ਹੈ? ਇਹ ਮਿਲਿੰਗ ਮਸ਼ੀਨ ਹੈ, ਤੇ ਗਾਡਾਂ ਨੂੰ ਜਿਹੜਾ ਨਾ ਕਟਰ ਲਾ ਰਿਹਾ ਫਿਲਹਾਲ। ਅੱਛਾ, ਗਾਡਾਂ ਝਰੀ ਵਜਦੀ ਹੈ? ਜਦੀਦ ਤਰੀਨ ਮਸ਼ੀਨ ਹੈ, ਹੈਵੀ ਡਿਊਟੀ। ਅੱਛਾ ਜੀ, ਲੋਕਾਂ ਲਾਈਆਂ ਨੇ ਹੌਲੀਆਂ ਹੌਲੀਆਂ ਮਸ਼ੀਨਾਂ ਜਿਹੜੀਆਂ ਫਰਕ ਪਾ ਜਾਂਦੀਆਂ ਨੇ, ਅਲਹਮਦੁਲਿਲਾ ਭਾਰੀਆਂ ਮਸ਼ੀਨਾਂ ਲਾਈਆਂ। ਸਹੀ ਸਹੀ, ਇੱਧਰ ਕੀ ਲਾਇਆ ਖੜਾ? ਇਹ ਵੀ ਮਸ਼ੀਨਾਂ ਕੰਮ ਕਰਦੀਆਂ ਨੇ? ਹਾਂਜੀ, ਇਹ ਮਸ਼ੀਨ ਹੈ, ਇਹਨੂੰ ਚੇਦਰ ਕਹਿੰਦੇ ਨੇ। ਇਹ ਕਿੱਲੀ ਨੂੰ ਚੂੜੀ ਇਹਦੇ 'ਤੇ ਪਾਈ ਦੀ ਹੈ। ਅੱਛਾ, ਕਿੱਲੀ ਨੂੰ ਚੂੜੀ ਪਾਉਂਦੇ ਨੇ? ਹਾਂਜੀ ਹਾਂਜੀ। ਇਹ ਜਿਹੜੀ ਕਿੱਲੀ ਦੀ ਚੂੜੀ ਹੈ ਨਾ, ਇਹਦੇ 'ਤੇ ਪੈਂਦੀ ਹੈ। ਮੱਖੀ ਵਾਲੀ ਚਾਹੀਦੀ ਹੋਵੇ ਤੇ ਉਹ ਤਿਆਰ ਕਰਕੇ ਦਿਓ, ਉਹ ਅੰਦਾਜ਼ਨ ਕਿੱਲੀ ਦਾ ਕਿੰਨਾ ਖਰਚਾ ਵੱਜੇਗਾ? ਕੋਈ ਖਰਚਾ ਨਹੀਂ। ਹਾਂਜੀ ਦੋਸਤੋ, TC ਵਾਲੇ ਮਸ਼ੀਨਾਂ ਵਾਲੇ ਜਿਹੜੇ ਮੱਖੀ ਵਾਲੀ ਕਿੱਲੀ ਜਿਸ ਬੰਦੇ ਦੀ ਲੱਗਦੀ ਹੈ ਭਾਈ ਜੀ, ਉਹ ਵੀ ਜਿਹੜਾ ਰੇਟ ਮੌਕੇ ਤੇ ਮੌਜੂਦ ਹੈ ਇਸ ਕਿੱਲੀ ਦਾ, ਉਹੀ ਕਿੱਲੀ ਜਨਾਬ ਇਹ ਮੱਖੀ ਵਾਲੀ ਤਿਆਰ ਕਰ ਦਿੰਦੇ, ਇੱਕ ਸਾਈਡ ਤੇ ਮੱਖੀ ਹੋਵੇ ਤੇ ਬਾਕੀ 3 ਸੈਵਾਂ ਗੋਲ ਕਰ ਦਿੰਦੇ। ਹਾਲਾਂਕਿ ਉਹਦੇ ਖਰਚਾ ਆਉਣਾ, ਪਰ ਉਹਨਾਂ ਨੇ ਆਖਿਆ ਜਨਾਬ ਅਸੀਂ ਨਵੀਆਂ ਮਸ਼ੀਨਾਂ ਲੈਣ ਭਰਾਵਾਂ ਵਾਸਤੇ ਰਿਲੀਫ ਕਰਨਾ, ਕਿ ਉਹਨਾਂ ਨੂੰ ਵੀ ਕਿੱਲੀ ਅਸੀਂ ਤਿਆਰ ਉਸੇ ਰੇਟ 'ਚ ਦੇਣੀ ਹੈ। ਬਾਕੀ ਮਿਹਰਬਾਨੀ ਭਰਾਵਾਂ ਸਾ ਜਿਹਨੂੰ ਵੀਰੋ ਭਾਈ ਇਹ ਦੱਸ ਰਹੇ ਨੇ ਹਫਤਾਬਾਦ ਦੁਕਾਨ ਕਿਹੜੀ ਹੈ, ਉਸ ਤੋਂ ਬਾਅਦ ਅਲੀਪੁਰ ਮੇਨ ਚੌਂਕ ਜਿਹਨਾਂ ਦੀ ਦੁਕਾਨ ਹੈ, ਅਤੇ ਗਾਰਡ ਲੈਣ ਵਾਲੇ ਭਰਾ, ਕਿੱਲੀ ਲੈਣ ਵਾਲੇ, ਤੇ ਇਹ ਮੇਰੇ ਭਰਾ ਸੱਜਣ ਵੀ ਬਿਹਤਰ ਗੱਲ ਇਹ ਫੋਨ ਕਰਕੇ ਭਾਈ ਤੂਫਾਨ ਕੋਲ ਡਾਇਰੈਕਟ ਮਾਲ ਲਵੋ। ਇਹਨਾਂ ਨੂੰ ਚਲਾ ਕੇ ਤੇ ਖਰਚਾ ਹੁੰਦਾ, ਜੇ ਇੱਕ ਬੰਦਾ ਹਾਲੀ ਹੱਥ ਨਾਲ ਹੀ ਉਹ ਤਿਆਰ ਕਰਕੇ ਦੇ ਦੇਵੇ, ਉਹ ਤੇ ਖਰਚਾ ਨਹੀਂ। ਇਹਨਾਂ ਨੂੰ ਚਾਹੀਦਾ ਹੁਣ 3 ਲੱਖ ਰੁਪਇਆ ਬਿੱਲ ਆਇਆ ਸਾਲ, ਜਿਹੜੇ ਜਿੱਥੇ ਅਸੀਂ ਆਧਾਰ ਹੁੰਦਾ ਸੀ, ਸਿਰਫ ਇਹ ਮਸ਼ੀਨਰੀ ਵਧਾਈ ਇਹ ਕੁਆਲਿਟੀ ਬਿਹਤਰ ਕਰਨ ਵਾਸਤੇ, ਤੇ ਉਹਨਾਂ ਫਿਰ ਖਰਚਾ ਹੁੰਦਾ, ਫਿਰ ਅਸੀਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਦੋ ਨੰਬਰ ਵਾਲਿਆਂ ਦਾ, ਕਿਉਂਕਿ ਉਹਨਾਂ ਦੇ ਹਾਲੀ ਰਗੜਨਾ ਤੇ ਥੋੜ੍ਹਾ ਆਪਣਾ ਮਾੜਾ ਮੋਟਾ ਕਢਾਈ ਕਰਕੇ ਰੰਗ ਕਰਕੇ ਉਹਨੂੰ ਮਾਰ ਕੇ ਦੇ ਦੇਣਾ, ਤੇ ਅਸੀਂ ਬਕਾਇਦਾ ਪੂਰਾ ਇੱਕ ਪਹਿਲੇ ਸ਼ਾਰਟ ਹੁੰਦਾ, ਫਿਰ ਕਢਾਈ ਹੁੰਦੀ, ਕਟਰ ਲੱਗਦਾ, ਫਿਰ ਆ ਭੱਠੀ ਜਾ ਕੇ ਟੈਂਪਰ ਲੱਗਦੀ, ਉਸ ਤੋਂ ਬਾਅਦ ਫਿਰ ਦੁਬਾਰਾ ਰਗੜਾਈ ਹੁੰਦਾ, ਫਿਰ ਦੁਬਾਰਾ ਸ਼ਾਰਟ ਹੋਣਾ, ਯਾਨੀ ਕਿ 4-5 ਜਗ੍ਹਾ ਤੋਂ ਗੁਜ਼ਰ ਕੇ ਫਿਰ ਤਿਆਰ ਹੁੰਦਾ। ਹਾਂਜੀ ਦੋਸਤੋ, ਵੀਰੋ ਸੱਜਣੋ, ਸਸਤਾ ਰਹੋਵੇ ਬਾਰ ਬਾਰ, ਮਹਿੰਗਾ ਰਹੋਵੇ ਇੱਕ ਬਾਰ। ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਹੀ, ਇੱਥੇ ਆਉਣ ਦਾ ਮਕਸਦ ਇਹ ਵੀ ਅਗਰ ਇਹ ਮਾਲ ਇਹਨਾਂ ਕੋਲ ਚੰਗਾ ਨਾ ਹੁੰਦਾ ਸੀ ਵੀਡੀਓ ਨਹੀਂ ਸੀ ਬਣਾਉਣੀ। ਇਹਨਾਂ ਦਾ ਮਾਲ ਇਸਤੇਮਾਲ ਕੀਤਾ ਸੀ, ਮਾਲ ਮਾਸ਼ਾਅੱਲਾ ਬਹੁਤ ਅੱਛਾ ਹੈ, ਅਤੇ ਇਮਾਨਦਾਰੀ ਨਾਲ ਕੰਮ ਕਰ ਰਹੇ ਨੇ,
ਤੇ ਤੁਸੀਂ ਭਰਾਓ ਮਸ਼ੀਨਾਂ ਵਾਲੇ ਸੱਜਣੋ ਵੀਰੋ, ਜਿਸ ਮਾਲ ਲੈਣਾ ਹੁੰਦਾ ਨਾ ਤੇ ਬਿਹਤਰ ਇਹ ਵੀ ਜਿਸ ਬੰਦੇ ਕੋਲ ਬਣ ਰਿਹਾ ਨਾ ਜੀ ਉਹਦੀ ਦੁਕਾਨ ਤੋਂ ਚੱਲ ਕੇ ਮਾਲ ਰਵੋ। ਤੇ ਇਹ ਸਾਡੀ ਅਪੀਲ ਹੈ ਆਪਣੇ ਭਰਾਵਾਂ ਅੱਗੇ ਕਿ ਜਿਹੜਾ ਕੰਮ ਹੈ ਨਾ ਜੀ, ਗਾਰਡ ਹੋਵੇ ਜਾਂ ਕਿੱਲੀ ਹੋਵੇ, ਭਾਈ ਇਰਫਾਨ ਕੋਲ ਖੁਦ ਰਾਬਤਾ ਕਰਿਓ, ਨੰਬਰ ਵੀ ਇਹਨਾਂ ਦਾ ਉੱਤੇ ਸ਼ੋਅ ਕਰ ਦਿਆਂ ਦੇ। ਭਾਈ ਇਰਫਾਨ ਆਪਣਾ ਨੰਬਰ ਦਿਓ ਵੀਰੋ, 301-50-70,000 ਇੰਜੇ ਜੀ। ਹਾਂਜੀ ਦੋਸਤੋ, 0307-50-70,000 ਠੀਕ ਹੋ ਗਿਆ, ਨੰਬਰ ਵੀ ਆਸਾਨ ਹੋ ਗਿਆ। ਤੇ ਇੱਕ ਹੀ ਨੰਬਰ ਹੈ ਆਪਣਾ ਜੀ? ਮਿਹਰਬਾਨੀ ਭਾਈ ਇਰਫਾਨ ਅੱਲਾ ਖੈਰ ਕਰੇ। ਗੱਲ ਉਹ ਹੀ ਹੈ ਕਿ ਕਾਰੋਬਾਰ ਬਣਾਉਣ ਵਾਸਤੇ ਸਾਲਾਂ ਲੱਗਦੇ ਨੇ ਤੇ ਮਟਾਉਣ ਲੱਗਿਆ 1 ਮਿੰਟ ਲੱਗਦਾ ਹੈ। ਤੇ ਜ਼ਿਮੀਂਦਾਰ ਇਸ ਟਾਈਮ ਉਸ ਜਗ੍ਹਾ ਤੇ ਪਹੁੰਚ ਗਏ ਜਿੱਥੇ ਬਿਲਕੁਲ ਹੀ ਪਿਛਾਂ। ਇਹ ਸੀਜ਼ਨ ਬੜਾ ਪ੍ਰੋਬਲਮ 'ਚ ਆਇਆ ਤੇ ਮਾਲ ਅੱਛਾ ਦਿਓ ਤੇ ਪੂਰੇ ਕੁਆਲਿਟੀ ਨਾਲ ਦਿਓ ਤੇ ਪੂਰੇ ਭਾਰ ਨਾਲ ਦਿਓ, ਮੌਜੂਦ ਲਵੋ। ਆਖਰੀ ਜ਼ਿੰਮੇਦਾਰ ਨਾਲ ਵਸਦੇ ਰਹੋ ਸਜਣਾ, ਜ਼ਿਆਦਾ ਚਾਹੁੰਦੇ ਤੁਹਾਡਾ ਭਰਾ ਇਜਾਜ਼ਤ ਤਾਰੜ। ਤੇ ਵੀਡੀਓ ਚੰਗੀ ਲੱਗੇ ਲਾਈਕ ਸਬਸਕ੍ਰਾਈਬ ਬਣਦਾ, ਮਿਹਰਬਾਨੀ ਸਾਰੇ ਭਰਾਵਾਂ ਦਾ, ਮਿਹਰਬਾਨੀ ਭਾਈ ਇਰਫਾਨ, ਅੱਲਾ ਖੈਰ ਕਰੇ। ਤੇ ਭਰਾਵਾਂ ਨੂੰ ਜਿਹੜਾ ਮਾਲ ਦੇਣਾ 1 ਨੰਬਰ, ਕੋਈ ਲਾਮਾ ਨਾ ਆਵੇ, ਜਿਹੜਾ ਬੰਦਾ ਪੈਸੇ ਈਜ਼ੀ ਕਰਾਵੇ ਮਾਲ ਪਹੁੰਚਾਉਣਾ ਤੁਮਾਰੀ ਤੁਹਾਡੀ ਹੈ ਇਨਸ਼ਾਅੱਲਾ। ਤੁਹਾਨੂੰ ਐਟਮ ਹੋਰ ਵੀ ਨਾ ਜਲਦੀ ਦਿਆਂਗੇ, ਤੁਸੀਂ ਜਿਹੜੀ ਵੀ ਨਵੀਂ ਆਈਟਮ ਬਣੇ ਦੱਸੋ, ਇਨਸ਼ਾਅੱਲਾ ਅਸੀਂ ਉਹ ਮਾਰਕੀਟ ਦੇ ਵਿੱਚ ਓਪਨ ਕਰਾਵਾਂਗੇ। ਮਿਹਰਬਾਨੀ ਭਰਾਓ।